Auzu billahi mineşşeytanirracim. Bismillahirrahmanirrahim. Essalatu vesselamu aleyke ya seyyidi ya Resulallah ve ala alika ve sahabika ya seyyidi ya Habiballah. Kabli sad etram oza samayın. Haydi Allah pethi tibbe nabbi sallallahu aleyhi ve sellem de lecture de sirse vich ਆਪਣੇ ਜਿਸਮ ਦੇ ਅੰਦਰ ਸਬਕੌਂਸ਼ੀਅਸ ਅਨਕੌਂਸ਼ੀਅਸ ਮਾਈਂਡ ਦੇ ਅੰਦਰ ਜਿਹੜੀਆਂ ਮਨਫੀ એનર્ਜੀਆਂ ਉਹਨਾਂ ਨੂੰ ਜਲਾਉਣ ਦਾ ਅਮਲ ਦੱਸਨੇ ਆ ਅਗਰ ਕਿਸੇ ਦੇ ਅੰਦਰ ਮਨਫੀ એનર્ਜੀਆਂ ਦੀ ਜ਼ਿਆਦਤੀ ਹੋ ਜਾਏ ਔਰ ਉਹ ਇਹਨਾਂ ਦੀ ਵਜ੍ਹਾ ਨਾਲ ਜਿਸਮਾਨੀ ਰੂਹਾਨੀ ਨਫਸੀਅਤੀ ਬਿਮਾਰੀਆਂ 'ਚ ਮੁਬਤਲਾ ਰਹਿੰਦਾ ਹੋਵੇ ਤੁਹਾਨੂੰ ਚਾਹੀਦਾ ਸੂਰਾ ਮਾਇਦਾ ਦੀ ਆਇਤ ਨੰਬਰ 15 ਨੂੰ ਪਾਣੀ ਦੇ ਦਮ ਕਰਕੇ ਸਵੇਰ ਸ਼ਾਮ ਖਾਲੀ ਪੇਟ 40 ਦਿਨ ਤੱਕ ਪੀਂਦਾ ਰਹੇ ਔਰ ਇਸ ਆਇਆ ਮੁਬਾਰਕਾਂ ਲਿਖ ਕੇ ਤਾਵੀਜ਼ ਬਣਾ ਲਵੇ ਉਹਦੇ ਉੱਤੇ 15 ਵਾਰੀ ਤਾਵੀਜ਼ ਦੇ ਉੱਤੇ ਪੜ੍ਹ ਕੇ ਵੀ ਇਸ ਆਇਆ ਪਾਕ ਨੂੰ ਦਮ ਕਰਕੇ ਆਪਣੇ ਕੋਲ ਰੱਖੇ ਅਵਲ ਅਹਦ ਦਰੁਸ਼ਰੀ ਪੜ੍ਹੇ ਔਰ ਹਸਬੇ ਅਸੀ ਇਹ ਸਦਕਾ ਵੀ ਦੇਵੇ ਇਨਸ਼ਾਅੱਲਾ ਉਹਦੇ ਅੰਦਰੋਂ ਜਿੰਨੀਆਂ ਵੀ ਨੈਗੇਟਿਵ ਮਨਫੀ એનર્ਜੀਆਂ ਉਹ ਸਭ ਜਲ ਜਾਣਗੀਆਂ ਜਿਹੜੀਆਂ ਇਨਸਾਨ ਦੇ ਜਿਸਮ ਦੇ ਅੰਦਰ ਵੀ ਟੁੱਟੇ ਫੁੱਟੇ ਜ਼ਖਮੀ ਬਿਮਾਰ ਕ੍ਰਿਸਟਲ ਪੈਦਾ ਕਰਦੀ ਜਿਹਦੀ ਵਜ੍ਹਾ ਨਾਲ ਮਜ਼ੀਦ ਜਿਸਮਾਨੀ ਬਿਮਾਰੀਆਂ ਪੈਦਾ ਹੁੰਦੀਆਂ ਨਫਸੀਅਤੀ ਵੀ ਔਰ ਰੂਹਾਨੀ ਵੀ ਇਨਸ਼ਾਅੱਲਾ ਉਹਨਾਂ ਸਾਰੀਆਂ ਬਿਮਾਰੀਆਂ ਤੋਂ ਮਹਫੂਜ਼ ਹੋ ਜਾਏਗਾ ਅੱਲਾਹੁ ਅਕਬਰ ਕਬੀਰਾ